ویورز میں موجود ہوں ادھر ناپا میں. یہ ویمن پرفارمنگ آرٹ فیسٹیول 2024 جہاں شروع ہو گیا, اس کے اوپر مختلف ڈراماز ہیں, اداکارہ فنکارہ اور ہدایت کارہ, یہ خواتین کے اوپر زیادہ ہے. آج ہم آپ کو ایک آزاد تھیٹر کا ایک ڈرامہ پیش کر رہے ہیں جو ویمن رائٹ کے اوپر ہے, تو آپ ہمارے ساتھ رہیں تو آپ دیکھیں آگے کیا ہوتا ہے. اس کے ساتھ ڈرامہ دکھاتے ہیں آپ کو, آپ ضرور دیکھیں. آپ ویمن رائٹ کے اوپر ہے. بہت شکریہ, جزاک اللہ. میں رحمت ہوتی نے رب کی کہہو جی گل کرنی تھی نی تڑیا کی کچھ نہیں کردیا ڈراما پیا ویخیا نے یہ کوئی سوکھا کام نے ڈراما ویکنا ہاں
ਪਰ ਉਹਦਾ ਇੰਤਜ਼ਾਮ ਵੀ ਹੈ ਮੇਰੇ ਕੋਲ। ਉਹ ਕੀ? ਮੈਂ ਉਹਦੇ ਤੋਂ ਉਹਦੀ ਧੀ ਦਾ ਰਿਸ਼ਤਾ ਆਪਣੇ ਮੁੰਡੇ ਲਈ ਮੰਗ ਲੈਣਾ ਤੇ ਮੈਨੂੰ ਯਕੀਨ ਹੈ ਕਿ ਉਹ ਇਨਕਾਰ ਨਹੀਂ ਕਰੇਗਾ। ਚੌੜੀ ਸਾਹਿਬ ਇਹ ਤਾਂ ਬੜੀ ਲੰਮੀ ਸੋਚ ਦੇ ਕੰਮ ਨੇ। ਕਦੋਂ ਧੀ ਵੱਡੀ ਹੋਵੇਗੀ, ਕਦੋਂ ਦਾ ਕੰਮ ਹੋਵੇ ਤੇ ਕਦੋਂ ਵਿਆਹ ਹੋਵੇਗਾ। ਮੈਂ ਅੱਜ ਕੱਲ੍ਹ ਜੀ ਉਹਦੇ ਤੋਂ ਰਿਸ਼ਤਾ ਮੰਗ ਲੈਣਾ ਆਪਣੇ ਛੋਟੇ ਮੁੰਡੇ ਲਈ ਤੇ ਮੈਨੂੰ ਯਕੀਨ ਹੈ ਉਹ ਇਨਕਾਰ ਨਹੀਂ ਕਰੇਗਾ। ਤੂੰ ਦੇਖਦਾ ਜਾ ਮੈਂ ਕਰਨਾ ਕੀ ਆ, ਜੈਸਾ ਕਿ ਪਤਾ ਹੈ ਕਿ ਹਾਈਵੇ ਪਰ ਪੈਟਰੋਲ ਦਾ ਟੈਂਕਰ ਉਲਟਣੇ ਸੇ ਹਜ਼ਾਰੋਂ ਲੀਟਰ ਪੈਟਰੋਲ ਵਹਿ ਗਿਆ। ਚੌਧਰੀ ਬਿਸ਼ਾਰਤ ਆਪਣੀ 35 ਲੱਖ ਦੀ ਗਾੜੀ ਮੇ ਮੁਫਤ ਦਾ ਪੈਟਰੋਲ ਖਰਚੇ ਹੋਏ ਆਗ ਲੱਗੇ ਤੇ ਅਚਾਨਕ ਆ ਸਕਦੇ ਤੇ ਚੱਲ ਹੋ ਗਿਆ। ਆਜ ਹਮ ਕੋ ਕੇ ਆਪ ਕੋ ਕੇ ਘਰ ਲੈ ਚਲਤੇ ਹਾਂ ਬੇਟੇ ਨੂੰ ਕੁਝ ਕਰਨੇ ਦਾ। ਮੈਨੂੰ ਹੌਸਲਾ ਕਰਨਾ ਚਾਹੀਦਾ,
ਮੈਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਮੈਂ ਹਿੰਮਤ ਹਾਰ ਗਿਆ ਤੇ ਮੈਂ ਆਪਣੇ ਭਰਾ ਦੇ ਕੰਮਾਂ ਨੂੰ ਕਿਵੇਂ ਸੰਭਾਲਾਂ ਤੇ ਐਡੀ ਵੱਡੀ ਜਾਇਦਾਦ ਹੁਣ ਮੈਨੂੰ ਹੀ ਤੇ ਸੰਭਾਲਣੀ ਪੈਣੀ ਮੈਂ ਸਭ ਕੁਝ ਮੈਨੂੰ ਹੀ ਤੇ ਕਰਨਾ ਪੈਣਾ ਹੈ ਉਹ ਤੁਸੀਂ ਮੇਰਾ ਸਾਥ ਕਿਉਂ ਦਵੋਗੇ ਮੈਨੂੰ ਤੁਹਾਡੇ ਸਾਥ ਦੀ ਕੋਈ ਲੋੜ ਨਹੀਂ ਹੈ ਉਹਨੇ ਹੱਕ ਆਪਣੀ ਜ਼ਿੰਦਗੀ ਚ ਦੇ ਦਿੱਤਾ ਸੀ ਉਹਨੇ ਇਹਦੇ ਨਾਲ ਨਿਕਾਹ ਦੂਸਰੀ ਬੀਵੀ ਕਰ ਦਿੱਤੀ ਸੀ ਲੈ ਜਾ ਤੂੰ ਆਪਣੀ ਭੈਣ ਨੂੰ ਆਪਣੇ ਘਰ ਤੇ ਹੱਕ ਹੁੱਕ ਭੁੱਲ ਜਾ ਰੌਲਾ ਪਾਉਣ ਨਾਲ ਡੰਗਰ ਨਹੀਂ ਉਹ ਮਰਦੇ ਉਹ ਤੂੰ ਦੇਖਦਾ ਜਾ ਮੈਂ ਕਰਨਾ ਕੀ ਆ ਕਿਉਂ ਜੇ ਹਾਰਦੇ ਮੈਂ ਵੀ ਨਹੀਂ ਉਹ ਮੰਨਣੀ ਜਾਇਦਾਦ ਵਿੱਚ ਜਿਹੜਾ ਕਾਨੂੰਨੀ ਹਿੱਸਾ ਉਹ ਵੰਡ ਕੱਢ ਦਿਓ ਨਿਸ਼ਾਨ ਲਈ
ਜਦੋਂ ਤੁਹਾਡਾ ਕੰਮ ਹੋ ਗਿਆ ਤੁਸੀਂ ਬਾਹਰੋਂ ਵਕੀਲਾਂ ਕੋਲੋਂ ਆਪਣੇ ਕਾਗਜ਼ਾਂ ਲੈ ਲਵੋ ਅਤੇ ਜਿਹੜਾ ਇਹਨਾਂ ਦਾ ਹੱਕ ਬਣਦਾ ਹੈ ਉਹ ਪੰਜ ਰਜ਼ਾਮੰਦੀ ਨਾਲ ਮਸਲੇ ਨੂੰ ਤੈਅ ਕਰੋ ਕਾਨੂੰਨੀ ਕਾਰਾ ਵਿੱਚ ਨਾ ਪਓ। ਚਲੋ ਠੀਕ ਹੈ, ਮੇਰੀ ਮੰਨੋ, ਤੁਸੀਂ ਗਾਓ ਵਾਲਿਆਂ ਨੂੰ ਵਿੱਚ ਪਾ ਕੇ ਅਤੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ, ਉਹ ਵਰਨਾ ਕਾਨੂੰਨ ਤਾਂ ਆਪਣੀ ਜਗ੍ਹਾ 'ਤੇ ਹੈ ਹੀ। ਖਾਮਤ ਦੀ ਜਾਇਦਾਦ ਵਿੱਚੋਂ ਹਿੱਸਾ ਉਹ ਮੰਗੇ ਜਿਹੜਾ ਉਹਦੇ ਨਾਂ ਨੂੰ ਲੈ ਕੇ ਅੱਗੇ ਤੁਰੇ, ਉਹ ਇਹਨੇ ਕਿਹੜਾ ਔਲਾਦ ਦੀ ਖੁਸ਼ੀ ਦੇ ਦਿੱਤੀ ਉਹ ਮੰਗੋ, ਚਲੋ ਅਸੀਂ ਹਿੱਸਾ ਦੇ ਵੀ ਦਈਏ ਅਤੇ ਇਹ ਜਾ ਕੇ ਕਿਸੇ ਹੋਰ ਨੂੰ ਪਵਾ ਦੇਵੇ, ਜਾਇਦਾਦ ਸਾਡੇ ਭਰਾ ਦੀ ਅਤੇ ਐਸ਼ਾ ਕੋਈ ਹੋਰ ਲੁੱਟੇ, ਵਾਹ ਬਈ ਵਾਹ। ਰੋਟੀਆਂ ਚਾਹੀਦੀਆਂ ਨੇ ਨਾ, ਉਹ ਤੈਨੂੰ ਮਿਲ ਜਾਣਗੀਆਂ, ਤੂੰ ਕਿਹੜਾ ਜ਼ਮੀਨਾਂ ਤੇ ਹੱਥ ਚਲਾਣੇ ਨੇ? ਮੈਂ ਆਪਣਾ ਹੱਕ ਮੰਗਦੀ ਆ, ਕੋਈ ਫਰਿਆਦ ਨਹੀਂ ਕਿ ਜੇ ਹੱਥ ਚਲਾਣਾ ਤੇ ਉਹ ਵਿਚਾਰ ਲਾਉਣੀ, ਜੇ ਅਸੀਂ ਵੋਟ ਪੈਂਦੇ ਕਰਦੇ ਪੈਣੀਆਂ ਤੇ ਤੁਹਾਡੇ ਵਰਗੇ ਤੇ ਸਾਨੂੰ ਪੁੰਜੀ ਖਾ ਜਾਣਗੇ। ਸੁਣ ਲਓ ਵੀ ਪਿੰਡਾਂ ਦੇ, ਇਹ ਜਾਇਦਾਦ ਮੇਰੇ ਭਰਾ ਦੀ ਹੈ ਜਿਹੜੀ ਉਹਦੀ ਔਲਾਦ ਨੂੰ ਮਿਲੇਗੀ ਤੇ ਜਿਹੜੀ ਮੇਰੇ ਜ਼ੇਰੇ ਸਰਪ੍ਰਸਤੀ ਪਾਲ ਰਹੀ ਹੈ, ਤੇ ਮੇਰੇ ਭਰਾ ਨੇ ਆਪਣੀ ਕੁੜੀ ਦਾ ਰਿਸ਼ਤਾ ਮੇਰੇ ਨਿੱਕੇ ਮੁੰਡੇ ਨਾਲ ਕਰ ਦਿੱਤਾ ਸੀ, ਜਿਹਦਾ ਗਵਾਹ ਮੇਰਾ ਇਹ ਦੋਸਤ ਹੈ, ਉਹ ਖੜਾ ਹੋਏ ਚੌਧਰੀ ਬਸ਼ਾਰਤ ਦੀ ਵੀ ਇਹੀ ਖਾਹਿਸ਼ ਸੀ। ਦੂਸਰੀ ਗੱਲ ਰਹੀ ਔਰਤ ਦੀ, ਮੈਂ ਆਪਣੇ ਭਰਾ ਦੀ ਜਾਇਦਾਦ ਵਿੱਚੋਂ ਇਸ ਔਰਤ ਨੂੰ ਇੱਕ ਧੇਲਾ ਵੀ ਨਹੀਂ ਦੇਣਾ, ਮੈਨੂੰ ਜਿੱਥੇ ਜਾਣਾ ਚਲੀ ਜਾਏ, ਅਦਾਲਤਾਂ ਨੂੰ ਮੈਂ ਆਪ ਹੀ ਬਦਲਾਂਗਾ। ਹਮੇ ਪਤਾ ਚਲਾ ਹੈ ਕਿ ਜਹਾਂ ਹਮਾਰੀ ਭਰਜਾਈ ਔਰ ਚੌਧਰੀ ਬਿਸ਼ਾਰਤ ਕੀ ਬੇਵਾ ਕੋ ਉਸਕੇ ਹੱਕ ਸੇ ਮਹਿਰੂਮ ਕੀਆ ਜਾ ਰਹਾ ਹੈ, ਔਰ ਯੇ ਤੋ ਮੈਂ ਕਭੀ ਹੋਣੇ ਨਹੀਂ ਦੂੰਗਾ, ਕਿਉਂਕਿ ਮੇਰੇ ਪਾਸ ਸਾਰੇ ਸਬੂਤ ਮੌਜੂਦ ਹੈ, ਔਰ ਯੇ ਕਾਨੂੰਨ ਜੁਰਮ ਵੀ ਹੈ ਚੌਧਰੀ, ਸੁਣ ਲੋ ਮੈਂ ਤੁਮੇ ਕਹਿ ਰਹਾ ਹੂੰ। ਔਰ ਦੂਸਰੀ ਬਾਤ ਯੇ ਹੈ ਭਾਭੀ ਕਿ ਮੈਂ ਆਪਕੋ ਆਪਕਾ ਕਾਨੂੰਨੀ ਹੱਕ ਜ਼ਰੂਰ ਦਿਲਵਾ ਕਰ ਰਹੂੰਗਾ, ਔਰ ਇਸ ਮੱਛਰ ਚੌਧਰੀ ਕੋ ਮੈਂ ਕਾਨੂੰਨ ਕੇ ਮੁਤਾਬਿਕ 2 ਸਾਲ ਕੈਦ ਔਰ 5 ਲੱਖ ਰੁਪਿਆ ਜੁਰਮਾਨਾ ਜੇ ਤੁਮੇ ਹੱਕ ਸੇ ਮਹਿਰੂਮ ਕਰ ਰਹੇ ਦਿਲਵਾ ਕੇ ਰਹੂੰਗਾ। ਔਰ ਚੌਧਰੀ ਦੂਸਰੀ ਬਾਤ ਸੁਣੋ, ਤੁਮ ਯਹਾਂ ਛੋਟੀ ਉਮਰ ਕੀ ਸ਼ਾਦੀ ਵੀ ਕਰਵਾ ਰਹੇ ਹੋ, ਇਸਕੀ ਤੁਮੇ ਅਲਗ ਸੇ ਸਜ਼ਾ ਮਿਲੇਗੀ, 50,000 ਰੁਪਏ ਜੁਰਮਾਨਾ ਔਰ 6 ਮਹੀਨੇ ਕੈਦ। ਔਰ ਚੌਧਰੀ ਆਗੇ ਨਾ ਦੋ, ਚੌਧਰੀ ਸਾਹਿਬ ਔਰਤ ਦੀ ਹਿੰਮਤ ਹੈ,
ਮੋਤੀਆਂ ਵਾਲੇ ਉਹ ਮੈਂ ਤੇ ਅਸੀਂ ਤੇ ਇੱਥੇ ਇੱਥੇ ਨਹੀਂ ਜਮ੍ਹਾਂ ਹੋਏ ਸਾਂ ਕਿ ਮੈਂ ਆਪਣੀ ਭਰਜਾਈ ਨੂੰ ਉਹਦਾ ਕਾਨੂੰਨੀ ਅਤੇ ਮਜ਼ਹਬੀ ਹੱਕ ਦੇਵਾਂ ਅਤੇ ਮੈਂ ਵਾਅਦਾ ਕਰਨਾ ਵਾ ਇਸ ਪਿੰਡ ਵਾਲਿਆਂ ਦੇ ਸਾਹਮਣੇ ਕਿ ਮੈਂ 30 ਦਿਨਾਂ ਦੇ ਅੰਦਰ ਅੰਦਰ ਆਪਣੀ ਭਰਜਾਈ ਨੂੰ ਉਹਦਾ ਹੱਕ ਦੇ ਦੇਵਾਂਗਾ। ਮਨਜ਼ੂਰ ਹੈ ਤੁਮ ਲੋਗੋਂ ਕੋ? ਅਗਰ ਪਿੰਡ ਵਾਲੇ ਗਵਾਹ ਬਣਦੇ ਨੇ ਤੇ ਸਾਨੂੰ ਕੋਈ ਇਸਰਾਰ ਕਿਉਂ? ਪਿੰਡ ਵਾਲੋ ਅਗਵਾਹ ਬਣਤੇ ਹੋ ਇਸ ਬਾਤ ਤੇ? ਹੁਣ ਬੰਦਾ ਮਜ਼ਾਕ ਵੀ ਨਾ ਕਰੇ, ਛੱਡ ਦਿਓ ਸਰਕਾਰ, ਹੁਣ ਮੈਂ ਮੰਨ ਲਈਏ ਹਾਰ। ਠੀਕ ਹੈ ਠੀਕ ਹੈ, ਛੋੜੇ ਦਿੱਤੇ ਹੈ ਛੋੜੇ ਦਿੱਤੇ ਹੈ। ਤੁਹਾਡੇ ਸਾਹਮਣੇ ਚੌਧਰੀ ਸਾਹਿਬ, ਸਾਡਾ ਤੁਹਾਡੀ ਸਦਾ ਖੈਰ ਹੋਵੇ ਤੇ ਤੁਹਾਨੂੰ 2 ਸਾਲ ਦੀ ਬਜਾਏ 8 ਸਾਲ ਕੈਦ ਹੋਵੇ। ਸਲਾਮ, ਕਿਆ ਨਾਮ ਹੈ ਆਪਕੇ? ਮੇਰਾ ਨਾਮ ਨਈਮ ਖਾਨ ਹੈ। ਨਈਮ ਖਾਨ, ਯੇ ਬਤਾਏ ਕਿ ਆਪ ਕਬ ਸੇ ਆਜ਼ਾਦ ਥੀਏਟਰ ਕੇ ਅੰਦਰ ਹੈਂ ਔਰ ਕਹਾਂ ਕਹਾਂ ਕਾਮ ਕਰਤੇ ਹੋ? ਆਜ਼ਾਦ ਥੀਏਟਰ ਕੇ ਸਾਥ ਮੁਝੇ 10 ਸਾਲ ਹੋ ਗਏ ਉਨਕੇ ਸਾਥ ਕਾਮ ਕਰਤੇ ਹੋਏ। ਜੋ ਉਨਕੇ ਡਾਇਰੈਕਟਰ ਹੈਂ ਮਲਿਕ ਅਸਲਮ ਸਾਹਿਬ, ਉਨਕੇ ਸਾਥ ਨਦੀਮ ਸਾਹਿਬ ਹੈਂ,
तो मैंने शुरू बेसिकली थिएटर से ही किया था। उनके साथ मैंने वर्कशॉप किए, फिर हम इंडिया में गए उनके साथ, हमने नाटशाला थिएटर है इंडिया में अमृतसर में, हमने वहाँ पे परफॉर्म किया है, और दिल्ली में हमने NSD में परफॉर्म किया है। तो फिर अब मैं कराची शिफ्ट हो गया हूँ, कराची शीमा जी के साथ मैं काम किया, मैंने एक जो थैलसीमिया फेस्टिवल हुआ था उनके साथ, जिन्हें लाहौर नहीं देखा ड्रामा किया था मैंने, उसमें मैं पहलवान बना हूँ, जो सही वाले पहलवान जी बिल्कुल, उसमें दिखाया गया पाकिस्तान और जो इंडिया की पार्टीशन हुई थी उसमें जो हिंदू मुस्लिम यहाँ रह गए थे, तो उस बेस पे वो बना था, उस पर मैंने पहलवान का करेक्टर किया था। कितने दिन का आपको फेस्टिवल लगा हुआ ये मेरे ख्याल में कल आज़ाद थिएटर की परफॉर्म है, उसके बाद कल भी है परसों भी है, फिर ये यहाँ से वापस चले जाएंगे, ये लाहौर जाएंगे, लेकिन मैं यहाँ कराची शिफ्ट हो चुका हूँ। चलिए ठीक है कि लोगों को आप बता रहे हैं कि मैं यहाँ हूँ और मैं आगे भी ये थिएटर करता रहूँ। इंशाल्लाह मैं थिएटर भी कर रहा हूँ और एक हम टीवी का ड्रामा है उसमें भी मैं मेन विलन कर रहा हूँ इंशाल्लाह। जी विलन ही है आप? विलन ही है? नहीं नहीं हीरो लगते हैं। नहीं मुझे बेसिकली मुझे नहीं मुझे हीरो है पर विलन बन गए। मुझे विलन ही मुझे बहुत अच्छा लगता है कि मैं विलन ही काम करूं। हीरो तो इनोसेंट होता है उसकी, मुझे लगता है कि सबसे जो टफ करेक्टर होता है ना वो विलन का ही होता है, उसमें वेरिएशन होती है, उसमें वो लोगों को दिखाना होता है बुरा, लेकिन वो विलन मुझे लगता है कि मैं अगर मुझे करेक्टर मिले तो विलन का ही मिले और मैं वो करूँ। बहुत शुक्रिया, थैंक यू। वालेकुम अस्सलाम। आलिया जी वेलकम इन कराची। थैंक यू सो मच सर। आप कैसी हैं? खैरियत से? अल्हम्दुलिल्लाह। आपकी परफॉर्मेंस अभी हमने देखी जो आगे हम ड्रामे में लोगों को दिखा रहे हैं। जी जी बिल्कुल, माशाल्लाह जबरदस्त। आपने वीमेन राइट के ऊपर जो ये ड्रामा आज़ाद थिएटर ने बनाया जबरदस्त है माशाल्लाह। बहुत शुक्रिया, जजाकल्लाह। असल में औरतों को विरासती हकूक से हमेशा ही महरूम रखा जाता है। बहन है तो उसे जायदाद में हिस्सा नहीं दिया जाता। भाई कहते हैं जी तुम्हारा किसका, तुम्हें जहेज दे दिया था, तुम्हारी शादी करवा दी थी। तो उस चीज़ को हम लोगों ने थोड़ा सा उजागर किया है कि अगर औरतें अपने हक के लिए आवाज़ उठाएं तो उनका हक कानूनी भी और मजहबी भी है। जबरदस्त माशाल्लाह, जबरदस्त। आपकी परफॉर्मेंस काफ़ी अच्छी थी। बहुत शुक्रिया। आप भागे, भाग रही थी, मैं किसी को भागने नहीं देता। नहीं बहुत शुक्रिया आपका। हम सर मैं ठीक ठाक। साथ म्यूजिक देते हो तो म्यूजिक जब तक ड्रामे में ना तो मज़ा नहीं आता। हाँ जी बस ये ऐसे ही है। कैसा लगा आपको वेलकम टू कराची? जी थैंक यू सर, बड़ा अच्छा लगा, बहुत अच्छा लगा। अच्छा हाँ जी, परफॉर्मेंस भी आपकी अच्छी थी। जी शुक्रिया, भी अच्छा था। शुक्रिया। चेंज ओवर जल्दी जल्दी हो रहा था ताकि टाइम बचे। बस ये इस कर रहे थे ना, हमें अंदाजा हो रहा था। इस ड्रामे की क्वालिटी ये है कि जल्दी जल्दी अगर चेंज ना हो तो फिर वो मज़ा नहीं आता, ठोस हो जाता। हाँ जी वो ड्रामा, आपने ड्रामा डायरेक्टर ने ठोस नहीं होने दिया। नहीं जी बिल्कुल, डायरेक्टर साहब से पूछते हैं। हाँ जी बहुत शुक्रिया। मैं ठीक हूँ। आखिर आप कराची आ गई हैं? जी बिल्कुल, मैं कराची आ गई। आमों से पहले आ गए, जो आम हमने आपने हमें लाहौर में खिलाए थे तो वो आम तो भी है नहीं, इधर आए नहीं तो मैंने कहा इस दफ़ा मैं वेलकम कर दूँ। आपका ड्रामा माशाल्लाह बड़ा अच्छा था, ये वीमेन राइट के ऊपर सबके परफॉर्मेंस थी। तो सूसन जो ड्रामे में मुझे चीज अच्छी लगी, चेंज ओवर जल्दी हो रहा था वरना ड्रामा ठोस होने का खतरा होता। हाँ जी ये तो है, बस वो मेहनत इतनी ज्यादा करवाई है मलिक साहब ने। जी जी। और यही था कि लोग जितने बैठे हुए हैं इनको पकड़ के बिठाना एक जगह पे और 30 मिनट्स के लिए बहुत बड़ा काम है। जबरदस्त माशाल्लाह। तो वो दूसरा ये था कि वुमेन्स के ऊपर था तो मेरे ख्याल से इसकी बहुत जरूरत है। हम ला रहे हैं, हमने शूट कर लिया, सारा दिखा रहे हैं आपको। ठीक है, पब्लिक के लिए शूट किया। ठीक है, आपकी परफॉर्मेंस आ रही है। ठीक है, थैंक यू सो मच। थैंक यू।